ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ। ਸਾਡੀ ਦੁਆ ਸਾਡੇ ਭੈਣ ਵੀ ਨੂੰ ਅੱਲਾਹ ਤਾਲਾ ਖੁਸ਼ ਰੱਖੇ, ਸ਼ਾਦੋ ਆਬਾਦ ਰੱਖੇ। ਇਸੇ ਦੁਆ ਨਾਲ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਅੱਜ ਸੁਬਹ ਸੁਬਹ ਦਾ ਟਾਈਮ ਆ ਜੀ, ਹਫ਼ਤੇ ਦਾ ਦਿਨ ਆ, ਔਰ ਮੌਸਮ ਸਾਡੇ ਕੋਲ ਕੱਲ੍ਹ ਸ਼ਾਮ ਦਾ ਹੀ ਬਾਰਿਸ਼ ਵਾਲਾ ਬਣਿਆ ਹੋਇਆ, ਕੱਲ੍ਹ ਸ਼ਾਮ ਦੀ ਬਾਰਿਸ਼ ਪੈ ਰਹੀ ਹੋਈ ਹੈ। ਔਰ ਅੱਜ ਬੱਚਿਆਂ ਨੇ ਵੀ ਜਦ ਕੀਤੀ ਕਿ ਕਹਿੰਦੇ ਕਿ ਪਾਪਾ ਜੀ ਤੁਸੀਂ ਸਾਨੂੰ ਸਕੂਲ ਛੱਡ ਕੇ ਆਓ। ਮੈਂ ਕਿਹਾ ਠੀਕ ਹੈ ਜੀ, ਤੁਹਾਨੂੰ ਸਕੂਲ ਮੈਂ ਛੱਡ ਕੇ ਆਵਾਂਗੇ। ਅੱਗੇ ਦਰਖਸ਼ ਜਾਂਦੇ, ਰਕਸ਼ਾ ਆਇਆ ਸੀ ਅਤੇ ਰਕਸ਼ਾ ਵਾਪਸ ਹੋ ਗਿਆ ਜੀ। ਔਰ ਸਭ ਤੋਂ ਪਹਿਲੇ ਛੱਡਦੇ ਹਾਂ ਜੀ ਬੱਚਿਆਂ ਨੂੰ ਛੱਡ ਕੇ, ਅਤੇ ਉਸ ਤੋਂ ਬਾਅਦ ਆ ਕੇ ਫਿਰ ਦੇਖਦੇ ਹਾਂ ਜੋ ਵੀ ਅੱਜ ਦੀ ਵੀਡੀਓ ਦਾ ਰੂਟੀਨ ਹੋਈ ਅੱਜ ਦੇ ਕੰਮ ਦੀ, ਆਪਣੇ ਭੈਣ ਭੈਣ ਸ਼ੇਅਰ ਕਰਦੇ। ਸਭ ਤੋਂ ਪਹਿਲੇ ਪਾਕਿਸਤਾਨ ਸਾਡੇ ਕੋਲ, ਸਾਡੇ ਲਈਏ ਜ਼ਿਲ੍ਹਾ ਲਈਏ ਦਾ ਮੌਸਮ ਜਿਹੜਾ ਉਹ ਆਪਣੇ ਭੈਣ ਭੈਣ ਸ਼ੇਅਰ ਕਰਦੇ ਹਾਂ ਜੀ। ਸਾਹਮਣੇ ਘਰ ਦੇ ਖੜ੍ਹੇ ਹੋਏ ਹਾਂ ਜੀ, ਔਰ ਮੌਸਮ ਜਿਹੜਾ ਬਹੁਤ ਹੀ ਪਿਆਰਾ ਬਣਿਆ ਹੋਇਆ ਜੀ। ਬਾਰਿਸ਼ ਹਲਕੀ ਹਲਕੀ ਕਣੀਆਂ ਸੁਬਹਾ ਦੀਆਂ ਹੀ ਗਿਰ ਰਹੀਆਂ ਹੋਈਆਂ ਜੀ। ਇਹ ਮੇਰੇ ਘਰ ਤੋਂ ਸਾਹਮਣੇ ਬਾਹਰ ਵਾਲੀ ਸਾਈਡ ਦਾ ਮਾਹੌਲ ਆ ਜੀ। ਜਿਸ ਤਰ੍ਹਾਂ ਘਰੋਂ ਬਾਹਰ ਨਿਕਲਦੇ ਹਾਂ, ਯਕੀਨ ਕਰੋ ਸਾਹਮਣੇ ਫਰੈਸ਼ ਹਵਾ ਔਰ ਫਰੈਸ਼ ਮਾਹੌਲ ਦਿਲ ਖੁਸ਼ ਹੋ ਜਾਂਦਾ ਦੇਖ ਕੇ ਜੀ। ਬਾਕੀ ਚੱਲਦੇ ਹਾਂ ਜੀ ਬੱਚਿਆਂ ਨੂੰ ਛੱਡਣ ਵਾਸਤੇ, ਬੱਚਿਆਂ ਨੂੰ ਛੱਡ ਕੇ ਆਉਣੇ, ਬੱਚਿਆਂ ਨੂੰ ਛੱਡ ਕੇ ਆਉਣ ਕੇ ਤਾਂ ਉਸ ਤੋਂ ਬਾਅਦ ਫਿਰ ਦੇਖਦੇ। ਹਾਂਜੀ, ਕੌਣ ਕਹਿ ਰਹੀ ਹੈ, ਕਿਆ ਕਹਿ ਰਹੀ ਹੈ? ਅੱਛਾ, ਮੋਸਾ ਸਟਾਰ ਕਰ ਲੂੰ, ਆਪਕੋ ਸਕੂਲ ਛੋੜਾ। ਅੱਛਾ ਜੀ, ਚਲੋ ਠੀਕ ਹੈ, ਚਲੋ ਆਓ। ਅੱਛਾ, ਬੱਚਿਆਂ ਨੂੰ ਸਕੂਲ ਛੱਡਿਆ ਜੀ, ਬੱਚਿਆਂ ਨੂੰ ਸਕੂਲ ਛੱਡ ਕੇ ਬੱਚਿਆਂ ਨੂੰ ਚੀਜ਼ਾਂ ਲੈ ਕੇ ਦੇਣੀਆਂ ਸੀ। ਇੱਕ ਤਾਂ ਬੱਚੇ ਮਸਜਿਦ ਵੀ ਮਾਸ਼ਾਅੱਲਾ ਕੁਰਾਨ ਸ਼ਰੀਫ ਪੜ੍ਹਦੇ ਆ, ਔਰ ਸਕੂਲ ਦੇ ਵਿੱਚ ਵੀ ਕਲਾਸ ਹੁੰਦੀ ਇਹਨਾਂ ਨੂੰ ਕੁਰਾਨ ਸ਼ਰੀਫ ਦੀ ਬੱਚਿਆਂ ਵਾਸਤੇ। ਉੱਥੇ ਵੀ ਸਪਾਰੇ ਲੈ ਕੇ ਦਿੰਦੇ ਸੀ, ਉਹ ਲੈ ਕੇ ਦਿੰਦੇ ਆ, ਔਰ ਪਹੁੰਚੇ ਹਾਂ ਇੱਧਰ ਦੀ ਸਾਈਡ ਦੇ ਉੱਪਰ, ਰੇਲ ਦੀ ਪੈਲੀ ਜਿਹੜੀ ਇਹਨਾਂ ਦੀ ਆ ਚੁੱਕੀ ਹੈ। ਝਾੜੂ ਮਾਰਿਆ ਸਭ ਤੋਂ ਪਹਿਲਾਂ ਥੱਲੇ, ਹੋਰ ਵੀ ਝਾੜੂ ਮਾਰ ਲੱਗ ਰਹੀ ਸਾਨੂੰ, ਤੈਨੂੰ ਝਾੜੂ ਮਾਰ ਲੱਗ ਰਹੀ ਸਾਨੂੰ। ਚੱਲ ਬਾ, ਠੀਕ ਹੋ ਗਿਆ, ਝਾੜੂ ਵੱਜ ਗਿਆ ਨਾ। ਫਿਰ ਲਵਾ ਲਓ ਆਪਣੀ ਰੇਤ, ਐਨ ਤੇ ਫਿਰ ਕੰਮ ਆਉਣੀ ਆਪਣੀ ਇਹ ਜਿਹੜੀ ਜੀ, ਇੱਕ ਰੇਤ ਦੀ ਟੈਲੀ ਨਾ ਦੀ ਅੱਜ ਆ ਚੁੱਕੀ ਹੈ, ਔਰ ਅੱਜ ਦਾ ਇਹਨਾਂ ਦਾ ਕੰਮ ਇਨਸ਼ਾਅੱਲਾ ਅੱਲਾਹ ਪਾਕ ਦੀ ਖਾਸ ਰਹਿਮਤ ਨਾਲ ਅੱਜ ਇਹਨਾਂ ਦਾ ਕੰਮ ਜਿਹੜਾ ਸ਼ੁਰੂ ਹੋ ਜਾਣਾ ਜੀ। ਚੱਲ ਬਾ, ਠੀਕ ਹੈ, ਠੀਕ ਹੈ, ਆਹ ਇੱਧਰੋਂ ਕਰ ਲਾ, ਆਹ ਕਚਰਾ ਪੈਸੇ ਕਰ ਲਾ, ਹੁਣ ਕਚਰਾ ਇਹ ਥੱਲੇ ਆ ਗਿਆ। ਅੱਛਾ ਜੀ, ਪਹੁੰਚ ਗਏ ਹੋਏ, ਰੇਤ ਆ ਗਈ ਹੋਈ ਇਹਨਾਂ ਦੀ,
ਰੇਤ ਜਿਹੜੀ ਇਹਨਾਂ ਕੋਲ ਪਹੁੰਚੀ ਹੈ ਜੀ, ਇਹ ਇਹਨਾਂ ਕੋਲ ਰੇਤ ਪਹੁੰਚੀ ਹੈ ਰਾਈਸ ਖਾਨ ਦੀ ਇਮਾਮ ਦੀ ਤਰਫੋਂ, ਔਰ ਕੰਮ ਸ਼ੁਰੂ ਹੋ ਚੁੱਕਿਆ ਜੀ ਅਮਰ ਬਾਈ ਦੀ ਫੈਮਿਲੀ ਦੀ ਤਰਫੋਂ ਦਾ। ਅੱਗੇ ਅੱਗੇ ਜਿੱਦਾਂ ਜਿੱਦਾਂ ਭੈਣ ਬਾਈ ਨਾਲ ਨਾਲ ਰਲਦੇ ਜਾਣਗੇ ਅਤੇ ਇਹਨਾਂ ਦਾ ਕੰਮ ਸ਼ੁਰੂ ਹੁੰਦਾ ਜਾਏਗਾ। ਅੱਜ ਇਹਨਾਂ ਨੂੰ ਕਿਹਾ ਕਿ ਭਾਈਆਂ ਨੂੰ ਆਪਣਾ ਕੰਮ ਸ਼ੁਰੂ ਕਰੋ, ਜਿੰਨਾ ਇਹਨਾਂ ਦਾ ਇੱਟ ਔਰ ਟੋਟਾ ਪਿਆ ਹੋਇਆ ਇਹ ਸਾਰਾ ਚੱਕ ਕੇ ਇੱਕ ਸਾਈਡ 'ਤੇ ਕਰਦੇ ਆ, ਔਰ ਇਹ ਵਾਲੀ ਜਿਹੜੀ ਪੁਰਾਣੀ ਇੱਟ ਇਹਨਾਂ ਦੀ ਹੈਗੀ ਸੀ ਸਾਈਡ 'ਤੇ ਲੱਗੀ ਹੋਈ, ਇਹ ਵੀ ਸਾਈਡ 'ਤੇ ਕਰਦੇ ਆ ਜੀ, ਔਰ ਸਮਾਨ ਵੀ ਆਪਣਾ ਇਸ ਕਮਰੇ 'ਚੋਂ ਕੱਢ ਕੇ ਸਾਈਡ 'ਤੇ ਕਰਦੇ ਆ। ਇਸ ਕਮਰੇ 'ਚ ਆਪਣਾ ਸਮਾਨ ਵੀ ਕੱਢ ਕੇ ਸਾਈਡ 'ਤੇ ਕਰ ਇਹਨਾਂ ਕੋਲ ਕਰਵਾਉਂਦੇ ਹਾਂ ਜੀ, ਸਾਈਡ 'ਤੇ ਸਮਾਨ ਕਰਾ ਕੇ ਇਹ ਕਮਰਾ ਵੀ ਅੱਜ ਖਤਮ ਕਰਦੇ ਹਾਂ, ਕਿਉਂਕਿ ਕਮਰੇ ਦੀ ਜਿਹੜੀ ਪਿੱਛੇ ਵਾਲੀ ਦੀਵਾਰ ਆ ਉਹ ਤਾਂ ਕੱਢਣੀ ਨਹੀਂ ਹੈਗੀ, ਇਸ ਸਾਈਡ ਵਾਲੀਆਂ ਦੀਵਾਰਾਂ ਜਿਹੜੀਆਂ ਕੱਢਣੀਆਂ ਕੱਢ ਕੇ ਅਤੇ ਇਹ ਚਲੋ ਅੱਜ ਆਪਣਾ ਕਮਰਾ ਢਾਉਂਦੇ ਆ ਜੀ। ਲੈ ਵੀ ਬੱਲੇ ਹੁਣ ਸ਼ੁਰੂ ਹੋ ਜਾਓ, ਠੀਕ ਹੈ, ਸ਼ਾਮ ਤੱਕ ਕੋਸ਼ਿਸ਼ ਕਰੋ ਵੀ ਇਹਦਾ ਕਿ ਤੁਹਾਡਾ ਕਮਰਾ ਇਹ ਨਿਕਲ ਜਾਵੇ। ਅੱਛਾ ਵੰਗਾਰ ਤੇ ਲਿਆਂਦਾ? ਚਲੋ ਸਹੀ ਹੋ ਗਿਆ ਜੀ। ਹੁਣ ਤੱਕ ਲੋਕ ਮਜ਼ਾਕ ਕਰਦੇ ਸੀਗੇ ਸਾਨੂੰ, ਠੀਕ ਹੈ, ਇਹ ਕੁਛ ਨਹੀਂ ਹੋਣਾ ਅਤੇ ਕੁਛ ਨਹੀਂ, ਅਸੀਂ ਵੀ ਜਿੰਨੀ ਤੌਰ 'ਤੇ ਉਮੀਦ ਕੋਈ ਨਹੀਂ ਸੀ ਸਾਨੂੰ, ਅਤੇ ਮਾਸ਼ਾਅੱਲਾ ਹੁਣ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਸਾਡੇ ਜਿਹੜੇ ਉਹ ਟਾਈਮ ਭਾਈ ਹੈ ਉਹਨਾਂ ਦੇ ਕੰਮ ਨਾਲ ਸਾਨੂੰ ਉਮੀਦ ਹੋ ਗਈ ਹੈ ਵੀ ਸਾਡੇ ਵੀ ਪੱਕੇ ਮਕਾਨ ਬਣਨ ਲੱਗੇ ਨੇ। ਲੋਕ ਤਾਂ ਸਾਨੂੰ ਬਹੁਤ ਮਜ਼ਾਕ ਕਰਦੇ ਸੀਗੇ ਵੀ ਤੁਹਾਡੇ ਕੋਲ ਕੀ ਬਣਨਾ ਹੈਗਾ, ਕੀ ਕਰਨਾ ਹੈਗਾ, ਅਤੇ ਤੁਹਾਡਾ ਤਾਂ ਦਿਹਾੜੀ ਕਰਕੇ ਰੋਟੀ ਦਾ ਨਹੀਂ ਸਰਕਲ ਪੂਰਾ ਹੁੰਦਾ। ਯਾਰ ਅੱਲਾ ਪਾਕ ਦੀ ਜ਼ਾਤ ਜਿਹੜੀ ਨਾ ਬੜੀ ਬੇਨਿਆਜ਼ ਆ, ਮਾਸ਼ਾਅੱਲਾ ਮੈਨੂੰ ਬਹੁਤ ਜ਼ਿਆਦਾ ਭੈਣ ਵੀ ਸਪੋਰਟ ਕਰਨੇ ਵਾਲੇ ਆ, ਪਰੇਸ਼ਾਨ ਹੋ ਲੋਕ ਜਿਹੜੇ ਗੱਲਾਂ ਕਰਦੇ ਉਹਨੂੰ ਕਰਦੇ ਰਹਿੰਦੇ, ਸ਼ੁਰੂ ਤੋਂ ਹੀ ਮੇਰੇ ਮੁਖਾਲਫ ਆ, ਕਢਾ ਅੱਜ ਤੋਂ ਮੇਰੇ ਮੁਖਾਲਫ ਆ, ਅਤੇ ਹੈ ਵੀ ਆਪਣੀ ਆ, ਬਾਅਦ ਤਾਂ ਹੈ ਕੋਈ ਨਹੀਂ। ਇਸ ਤਰ੍ਹਾਂ ਹੈ ਨਾ, ਸਾਨੂੰ ਹੁਣ ਕਈਆਂ ਨੇ ਆਖਿਆ ਨਾ ਵੀ ਤੁਹਾਨੂੰ ਬਸ ਉਹਨੇ ਇਵੇਂ ਲਾਰਾ ਲਾਇਆ ਹੈਗਾ ਵਾ, ਨਹੀਂ ਕਰਨਾ ਹੈਗਾ ਖਲੀ ਵਾਲੀ, ਬਸ ਛੱਡੋ ਤੁਸੀਂ, ਅਸੀਂ ਲੈਂਦੇ ਵੀ ਨਹੀਂ, ਨਾ ਲੈਣਾ ਚਾਹੁੰਦੇ ਵੀ ਨਹੀਂ, ਤੁਸੀਂ ਬਸ ਆਪਣਾ ਨਾ ਖੁਸ਼ੀ ਨਾਲ ਜਿਹੜੇ ਸਾਨੂੰ ਕਹਿੰਦੇ ਸੀ ਵੀ ਇਹ ਸਾਰਾ ਉਹ ਆਪੇ ਦੇਖ ਕੇ ਆਪੇ ਪੁੱਜ ਪੁੱਜ ਜਾਣੇ ਆ ਜਿਹੜੇ, ਸਪੈਸ਼ਲ ਉਹਨਾਂ ਨੂੰ ਪੈਗਾਮ ਦਿੰਦੇ ਹਾਂ ਵੀ ਸਾਡਾ ਭਾਈ ਬਣਾ ਰਿਹਾ ਹੈਗਾ ਵਾ, ਮਕਾਨ ਹਾਂਜੀ ਸਮਾਨ ਕੱਢ ਕੇ ਰੱਖੋ ਸਾਈਡ ਤੇ, ਕਿਧਰ ਕਰਨਾ ਸਮਾਨ ਕੱਢ ਕੇ ਸਾਈਡ ਤੇ ਰੱਖ ਕੇ, ਸਹੀ ਆ। ਬਾਕੀ ਫਿਰ ਮੈਂ ਲਾਨਾ ਤੁਹਾਡੇ ਕੋਲ ਚੱਕਰ, ਮੈਂ ਘਰੋਂ ਨਾਸ਼ਤਾ ਕਰ ਆਵਾਂ ਇੱਕ ਦਫ਼ਾ, ਮੈਂ ਬੱਚੇ ਛੱਡ ਕੇ ਆਇਆ ਸਕੂਲ, ਹੁਣ ਮੈਂ ਘਰੋਂ ਹੋ ਕੇ ਤੇ ਫਿਰ ਆਉਣਾ। ਠੀਕ ਹੋ ਗਿਆ, ਠੀਕ ਹੋ ਗਿਆ, ਠੀਕ ਹੈ। ਪਿੱਛੇ ਪਹੁੰਚੇ ਹਾਂ ਇੱਧਰ ਬਾਈ ਖਾਨਾ ਦੀ ਸਾਈਡ 'ਤੇ, ਕਿਉਂਕਿ ਸੁਬਾਹ ਨੂੰ ਮੈਂ ਕਿਹਾ ਗਿਆ ਸੀ ਕਿ ਤੁਸੀਂ ਇੱਦਾਂ ਕਰੋ ਜੀ ਕਮਰੇ ਦੀ ਛੱਤ ਉਤਾਰੋ, ਕਮਰੇ ਦੀ ਛੱਤ ਇਹਨਾਂ ਨੇ ਉਤਾਰ ਦਿੱਤੀ ਹੈ ਜੀ, ਔਰ ਕਮਰੇ ਦੀ ਛੱਤ ਉਤਾਰ ਕੇ ਅਤੇ ਰੇਟ ਜਿਹੜੀ ਇਸ ਸਾਈਡ 'ਤੇ ਇੱਕ ਦੀਵਾਰ ਜਿਹੜੀ ਇੱਧਰ ਵਾਲੀ ਸਾਈਡ ਸੀ ਇਹ ਵੀ ਗਿਰਾ ਦਿੱਤੀ ਹੈ, ਔਰ ਇਹ ਵਾਲੀ ਜਿਹੜੀ ਦੀਵਾਰ ਸੀ ਇਹ ਵੀ ਤਕਰੀਬਨ ਅਲੱਗ ਲੱਗ ਚੁੱਕੀ ਹੈ ਜੀ, ਔਰ ਬਾਲੇ ਉਤਾਰ ਕੇ ਉਸ ਸਾਈਡ 'ਤੇ ਰੱਖ ਲਿਆ ਹੋਇਆ, ਉਹਨਾਂ ਨੂੰ ਦੱਸਿਆ ਮੈਂ ਕਿ ਬਾਲੇ ਕਿਸੇ ਨੂੰ ਦੇਣੇ ਨਹੀਂ ਹੈਗੇ, ਇਹ ਬਾਲੇ ਜਿਹੜੇ ਆਪਾਂ ਇਸਤੇਮਾਲ 'ਚ ਲਿਆਵਾਂਗੇ ਜੀ, ਔਰ ਇੱਕ ਗਾਰਡਰ ਉਤਾਰ ਕੇ ਇਸ ਸਾਈਡ 'ਤੇ ਰੱਖਤਾ। ਅੱਛਾ ਪੁਰਾਣੇ ਵਕਤਾਂ ਦਾ ਗਾਰਡਰ ਹੈ, ਭਾਰਾ ਗਾਰਡਰ ਇਹ ਹੈ ਜੀ, ਅੱਗੇ ਮੈਂ ਜ਼ਿਕਰ ਕੀਤਾ ਸੀਗਾ ਕਿ ਇੱਕ ਕਮਰੇ ਦੇ ਉੱਤੇ ਦੋ ਗਾਰਡਰ ਮੌਜੂਦ ਆ, ਔਰ ਇਹਦੇ ਸਿਰਫ ਟੀਆਰ ਔਰ ਟਾਇਲ ਲੈਣੀ ਪੈਣੀ ਹੈ ਇਸ ਕਮਰੇ ਦੀ, ਔਰ ਇੱਕ ਕਮਰੇ ਦੀ ਛੱਤ ਸਾਨੂੰ ਲੈਣੀ ਪੈਣੀ ਹੈ ਜੀ। ਇਹ ਆਪਣੇ ਆਟੇ ਵਾਲੀ ਡਰਮੀ ਦੇ ਚੱਕ ਕੇ ਉੱਧਰ ਰੱਖ ਲੈਣੀ ਸੀਗੀ, ਸਮਾਨ ਚੱਕ ਕੇ ਉਹ ਸਾਹਮਣੇ ਰੱਖਿਆ, ਉੱਧਰ ਇੱਕ ਭਰਾ ਦਾ ਕਮਰਾ ਜੀ,
ਦੋ ਭਰਾਵਾਂ ਦਾ ਸਮਾਨ ਉਸ ਕਮਰੇ 'ਚ ਪਿਆ ਹੋਇਆ, ਇਹਦੇ ਵਿੱਚ ਕੋਈ ਸਮਾਨ ਪਿਆ ਹੋਇਆ ਕਿਆ? ਜਿਹੜਾ ਸਮਾਨ ਫਿਰ ਹਜੇ ਫਿਲਹਾਲ ਤਾਂ ਬਾਹਰ ਹੀ ਪਿਆ ਇਹਨਾਂ ਦਾ, ਫਿਰ ਦੇਖਦੇ ਹਾਂ ਵੀ ਇਹ ਸਮਾਨ ਕਿਹੜੀ ਸਾਈਡ 'ਤੇ ਰੱਖ ਕੇ ਚੱਲ ਕੇ ਕਿਆ। ਇੱਧਰ ਤਾਂ ਦੋ ਕਮਰੇ ਬਣ ਜਾਣੇ ਅੱਗੇ ਵਾਲੀ ਸਾਈਡ 'ਤੇ। ਇਹ ਤਾਂ ਆਟੇ ਨੂੰ ਵੀ ਚੱਕ ਕੇ ਨਾ ਬੱਬੀ, ਆਟੇ ਵਾਲੀ ਡਰੰਮੀ ਚੱਕ ਕੇ ਸਾਈਡ 'ਤੇ ਰੱਖ ਕੇ, ਇਹਦੇ ਵਿੱਚ ਮੇਰਾ ਵੀ ਰੇਤ ਰੂਤ ਰਲੇਗੀ ਨਾਲ ਨਾ, ਇਹਦੇ ਇਹਨੂੰ ਸਾਈਡ 'ਤੇ ਰੱਖ, ਆਟੇ ਵਾਲੀ ਡਰੰਮੀ ਇਹਨੂੰ ਸਾਈਡ 'ਤੇ ਰੱਖ ਕੇ। ਸਭਾ ਤੁਸੀਂ ਰਹਿਣ ਦਿਓ ਵੀਰੇ, ਕਰ ਰਹੇ ਨਾ ਤੁਸੀਂ ਰਹਿਣ ਦਿਓ ਇੱਟਾਂ ਸਿੱਟਣ ਨੂੰ, ਉੱਧਰ ਹੋ ਜਾਓ ਤੁਸੀਂ, ਆਹ ਇਹਨਾਂ ਬੱਚਿਆਂ ਨੂੰ ਵੀ ਲੈ ਜਾਣ, ਬੱਚੀਆਂ ਇੱਟਾਂ ਸਿੱਟਣ ਜੋਗੀਆਂ ਥੋੜ੍ਹਾ ਵਿਚਾਰੀਆਂ ਨਿੱਕੀਆਂ ਨਿੱਕੀਆਂ। ਉੱਧਰ ਚਲੇ ਜਾਓ ਮੇਰਾ ਪੁੱਤ, ਉੱਧਰ ਚਲੇ ਜਾਓ, ਚਲੇ ਜਾਓ। ਨਹੀਂ ਤੁਸੀਂ ਤਿੰਨ ਜਣੇ ਲੱਗੇ ਹੋਏ ਨਾ, ਗਰਮੀ ਬੜੀ ਆ, ਬੱਚਿਆਂ ਨੂੰ ਨਾ ਲਾਓ ਫਿਲਹਾਲ। ਇਹ ਜਿਹੜੀ ਇੱਟ ਨਾ ਮੇਰਾ ਵੀ ਇੱਟ ਸਾਰੀ ਨੂੰ ਸਾਫ਼ ਕਰਕੇ ਸਾਈਡ 'ਤੇ ਰੱਖਿਆ, ਜਿਹਨੂੰ ਗਿੱਲੀ ਕਰਕੇ ਦੁਬਾਰਾ ਲਾਉਣੀ ਆ। ਹਾਂ ਮਿੱਟੀ ਖਿੱਚ ਕੇ ਵਿੱਚ ਘਰ ਦੇ ਵਿੱਚੋਂ ਇੱਟਾਂ ਸਾਰੀ ਬਾਹਰ ਕੱਢ ਲੈਣ, ਇਹ ਚਿੱਟ ਨਾ ਹੋਵੇ। ਆਹ ਉੱਪਰੋਂ ਵੀ ਜਿਹੜੇ ਗਾਰਡਰਾਂ ਦੀ ਕਰਵਾ ਰਹੇ ਨਾ, ਉੱਪਰੋਂ ਵੀ ਦੇੜ ਲਿਆ ਜੀ ਹੇਡ ਬਾਹਰ, ਉੱਪਰੋਂ ਦੇੜ ਲਓ ਬਾਹਰ ਥੋੜ੍ਹੀ। ਹੁਣ ਇਹ ਫਰਕ ਪੈਣਾ ਕਿ ਇਹ ਕਮਰਾ ਜਿਹੜਾ 4 ਇੰਚ ਛੋਟਾ ਹੋਣਾ ਪਿਛਲੀ ਸਾਈਡ ਤੋਂ, ਇਹ 4 ਇੰਚ ਵੱਡਾ ਹੋਣਾ। ਜੇ ਪਿੱਛੇ ਤਾਂ ਗੈਪ ਦੇ ਦਈਏ, ਸਿੱਧੀ ਕਰ ਦਈਏ ਦੁਬਾਰ, ਇਹ ਜਿਹੜਾ ਫਰਕ ਆ। ਚਲੋ ਦੇਖ ਲਓ, ਬਸ ਕੱਲ੍ਹ ਨੂੰ ਕਹਿਣ ਨਾ ਵੀ ਇਹ 4 ਇੰਚ ਜਗ੍ਹਾ, ਕਿਉਂਕਿ ਇੱਧਰ ਵੀ ਉਹਨੇ ਦੀਵਾਰ ਬਾਹਰ ਆ, ਉੱਧਰ ਵੀ ਦੀਵਾਰ ਬਾਹਰ ਉਹਨਾਂ ਦੀ, ਚਲੋ ਇਹ ਨਾ ਕਹਿਣ ਵੀ ਇਹ ਜਗ੍ਹਾ ਸਾਡੀ ਆ ਪਿਛਲੀ ਸਾਈਡ 'ਤੇ 4 ਇੰਚ। ਹਾਂਜੀ ਇੱਥੇ ਹੋਣੀ ਤੁਹਾਡੀ ਦੀਵਾਰ, ਸਹੀ ਹੈ ਠੀਕ ਹੈ। ਚਲੋ ਬਸ ਠੀਕ ਹੈ ਬਾਬੀ, ਇੱਟ ਮੇਰਾ ਵੀਰ ਝਾੜ ਕੇ ਸਾਫ਼ ਕਰਕੇ ਪਿੱਛੇ ਰੱਖ, ਇੱਟ ਝਾੜ ਕੇ ਸਾਫ਼ ਕਰਕੇ ਪਿੱਛੇ ਰੱਖ। ਮਿਹਨਤ ਜਿਹੜੀ ਇਹਨਾਂ ਦੀ ਹੈਗੀ ਨਾ ਜੀ, ਉਹ ਇਹਦੇ ਵੱਲ ਦੇਖ ਹੀ ਸਕਦੇ। ਜਿੰਨੇ ਦਿਨ ਤੇਰਾ, ਹੁਣ ਇੱਕ ਹੋਰ ਮੇਰੀ ਗੱਲ ਸੁਣ ਲਾ, ਜਿੰਨੇ ਦਿਨ ਤੇਰਾ ਕੰਮ ਹੋ ਰਿਹਾ, ਕੋਈ ਬੰਦਾ ਤੇਰੇ ਕੋਲ ਬਲੱਡ ਵਾਸਤੇ ਆਉਂਦਾ ਵੀ ਮੈਨੂੰ ਬਲੱਡ ਦੇ, ਕਿਸੇ ਨੂੰ ਬਲੱਡ ਨਹੀਂ ਦੇਣ ਦੇਣਾ। ਹਾਂ ਜਿੰਨੇ ਦਿਨ ਗਰਮੀ ਬੜੀ ਆ, ਕੰਮ ਹੋਣ ਲਿਆ, ਕੋਈ ਮਤਲਬ ਆਵੇ ਤੈਨੂੰ ਕੰਨ ਤੋਂ ਫੜੇ ਤੇ ਲੈ ਜਾਓ ਆ ਬੱਬੀ ਬਲੱਡ ਦੇ, ਕੁਛ ਆਪਣੇ ਵੱਲ ਵੀ ਖਿਆਲ ਕਰ, ਆਪਣੇ ਬੱਚਿਆਂ ਵੱਲ ਵੀ ਖਿਆਲ ਕਰ। ਜਿਹਨੂੰ ਵੀ ਬਲੱਡ ਦਿੱਤਾ ਨਾ, ਉਹਦੇ ਕੋਲ ਵਫਾ ਕੋਈ ਨਹੀਂ, ਲੱਗੀ ਬਿਮਾਰ ਰਿਹਾ, ਬੱਚੇ ਭੁੱਖੇ ਰਹੇ, ਗਰਮੀ ਬੜੀ ਆ, ਦੂਸਰਾ ਘਰ ਦਾ ਕੰਮ ਹੋਣ ਡਿਆ, ਠੀਕ ਹੋ ਗਿਆ ਨਾ ਮੇਰਾ ਵੀਰ? ਸਵਾਰ ਕੇ ਇੱਟ ਕੱਢ ਲਓ, ਇੱਧਰਲੀ ਸਾਈਡ ਥੱਲੇ ਇੱਟ ਕੋਈ ਨਾ ਹੋਵੇ, ਠੀਕ ਹੈ ਨਾ? ਨਹੀਂ ਇਹ ਸਾਰੀ ਕੱਢ ਲੈਣੀ ਆ, ਇਹ ਦੀਵਾਰ ਅੱਗੇ ਪਿੱਛੇ ਹੋਣੀ ਹੈ, ਇਹ ਦੀਵਾਰ ਦੇ ਉੱਤੇ ਦੀਵਾਰ ਹੀ ਆਉਣੀ ਹੈ, ਇਹ ਦੀਵਾਰ ਤੇ ਦੀਵਾਰ ਆਉਣੀ ਹੈ, ਇਹ ਵਿਛਾ ਕੇ ਇਹਦੇ ਬਰਾਬਰ ਕੱਢ ਲਓ, ਆਹ ਜਿਹੜੀ ਦੀਵਾਰ ਹੈ ਇਹਦੇ ਉੱਪਰ ਵਾਰ ਲਾ ਲਾਂਗੇ, ਠੀਕ ਹੋ ਗਿਆ? ਉਹ ਜਿਹੜੀ ਇਹ ਦੀਵਾਰ ਇਹ ਕੱਢ ਲਓ ਜਿੱਥੇ ਤੱਕ ਹੁੰਦੀ ਹੈ ਦੀਵਾਰ, ਫਿਰ ਦੇਖ ਲਾਂਗੇ ਕਿੱਥੇ ਤੱਕ ਹੁੰਦੀ ਹੈ। ਬੋਲੀ ਕੰਮ ਇਹ ਵੀ ਸਾਡਾ, ਹਾਂਜੀ ਇਹਦੇ ਬਰਾਬਰ ਕਰ ਲਓ, ਇਹਨੂੰ ਵੀ ਬਰਾਬਰ ਕਰ ਲਓ, ਬਲਕਿ ਇਹਨੂੰ ਵੀ ਇਹ ਫਿਲਹਾਲ ਬਰਾਬਰ ਹੀ ਕਰ ਲਓ, ਫਿਰ ਦੇਖ ਲਾਂਗੇ ਵੀ ਵੱਡੇ ਛੋਟੇ ਹੁੰਦੇ ਕਮਰੇ ਜਾਂ ਕੀ ਬਣਦਾ। ਥੱਲੇ ਤਾਂ ਕਿੰਨੀ ਡੂੰਘੀਆਂ ਨੀਆਂ ਥੱਲੇ ਆ ਜਿਹੜੀਆਂ, ਥੱਲੇ ਫਿਰ ਨਹੀਂ ਹੈਗੀ ਨਾ, ਥੱਲੇ ਠੀਕ ਹੈ ਅੰਦਰੋਂ, ਉਹਦੇ ਉੱਤੋਂ ਵੀ ਤਿੰਨ ਤਿੰਨ ਚਾਰ ਚਾਰ ਵਾਰ ਲਾ ਦਿਓ, ਇੱਥੋਂ ਵੀ ਲਾ ਲਓ ਵਾਰ, ਵਾਰ ਲਾ ਕੇ ਫਿਰ ਪਿਛਲੇ ਟਾਈਮ ਨਾਲ ਤੈਨੂੰ ਨਿਸ਼ਾਨ ਲਾਉਂਦੇ ਹਾਂ, ਇੱਥੋਂ ਫਿਰ ਸਿੱਧੀ ਆ ਜਿਹੜੀ ਨਹੀਂ ਇਹ ਸਾਫ਼ ਕਰੋ, ਉਹ ਜਿਹੜੀ ਪਰਲੀ ਉਹ ਨਹੀਂ ਸਾਫ਼ ਕਰੋ, ਜਗ੍ਹਾ ਤੁਹਾਡੀ ਪੱਕੀ ਆ ਥੱਲੇ ਵਾਲੀ, ਸਹੀ ਆ।
ਉਹ ਤਾਂ ਬਹਿਣੀ ਨਹੀਂ, ਜਿੱਥੇ ਵਾੜਾ ਸੀ ਉਹ ਕਿੱਥੇ ਬਹਿਣੀ। ਚਲੋ ਉੱਥੇ ਉੱਤੋਂ ਬਰਾਬਰ ਕਰ ਲੈਂਦੇ, ਭਰਤੀ ਹੋ ਪਾਣੀ ਆ ਸਾਡੀ, ਥੱਲੇ ਨਹੀਂ ਜਾਂਦੇ ਹੈਗੇ, ਠੀਕ ਹੈ ਨਾ। ਅੰਦਰੋਂ ਆੜੇ ਬਾਲੇ ਪਏ ਹੋਏ, ਬਾਲੇ ਚੱਕ ਕੇ ਬਾਹਰ ਕਰੋ, ਸਾਰਾ ਚੱਕ ਕੇ ਬਾਹਰ ਕਰਿਆ ਜੀ। ਮੈਂ ਤੁਹਾਨੂੰ ਬਾਲਿਆਂ ਦਾ ਵਾਰ ਵਾਰ ਬੱਬੀ ਕਹਿ ਰਿਹਾ ਕਿ ਬਾਲੇ ਜਿਹੜੇ ਨਾ ਇਹ ਕਿਸੇ ਨੂੰ, ਇੱਕ ਬਾਲਾ ਨਹੀਂ ਕਿਸੇ ਨੂੰ ਦੇਣਾ ਹੈਗਾ। ਜਦ ਤੱਕ ਤੁਹਾਡਾ ਛੱਤ ਫਾਈਨਲ ਨਹੀਂ ਹੁੰਦੀ, ਤੁਸੀਂ ਬਾਲੇ ਨਹੀਂ ਕਿਸੇ ਨੂੰ ਦੇਣੇ ਹੈਗੇ, ਠੀਕ ਹੈ ਨਾ। ਬਾਲੇ ਜਿਹੜੇ ਬਚਣਗੇ ਆਪਣੇ ਇੱਧਰ ਵਾਸ਼ਰੂਮਾਂ ਦੇ ਉੱਤੇ ਬਾਲੇ ਪਾਵਾਂਗੇ, ਠੀਕ ਹੈ ਨਾ। ਆ ਬੱਚੇ ਨੂੰ ਕੀ ਗੱਲ, ਚਲੋ ਠੀਕ ਹੈ ਜੀ। ਚਲੋ ਜੀ ਠੀਕ ਹੈ, ਕਰੋ ਕੰਮ ਆਪਣਾ। ਔਰ ਸਾਰੇ ਭੈਣ ਭਰਾ ਰਿਕੁਐਸਟ ਹੈ ਕਿ ਇਸ ਘਰ ਦਾ ਕੰਮ ਇਨਸ਼ਾਅੱਲਾ ਸ਼ੁਰੂ ਹੋ ਚੁੱਕਿਆ ਜੀ। ਔਰ ਇਹਦਾ ਕੰਮ ਜਿੱਦਾਂ ਮੈਂ ਅੱਗੇ ਸਾਰੇ ਜਿੰਨੇ ਵੀ ਕੰਮ ਕੀਤੇ ਸਾਰੇ ਭੈਣ ਦੇ ਸਪੋਰਟ ਦੇ ਨਾਲ ਹੀ ਕੀਤੇ ਆ ਜੀ। ਇਹਦੇ ਵਿੱਚ ਮੈਨੂੰ ਇੱਟ ਦੀ, ਸੀਮਿੰਟ ਦੀ, ਰੇਤ ਦੀ ਹਰ ਚੀਜ਼ ਦੀ ਜ਼ਰੂਰਤ ਆ ਜੀ। ਇਹਨਾਂ ਦੀ ਰੇਤ ਦੀ ਟਰਾਲੀ ਇੱਕ ਆ ਚੁੱਕੀ ਹੈ, ਔਰ ਨਾਲ ਇਹਨਾਂ ਦੇ ਆ ਚੁੱਕੇ ਆ ਜੀ ਇੱਟ ਦੀ ਟਰਾਲੀ ਇੱਕ ਹੋਰ ਆ ਰਹੀ ਹੈ, ਦੋ ਟਰਾਲੀ ਇੱਟ ਇਹਨਾਂ ਦੀਆਂ ਹੋ ਜਾਣੀਆਂ। ਅਤੇ ਉਮੀਦ ਕਰਾਂਗੇ ਸਾਰੇ ਭੈਣ ਵੀ ਮੇਰਾ ਸਾਥ ਦੇਣ, ਜਿੱਦਾਂ ਅੱਗੇ ਦੇ ਰਹੇ ਆ। ਔਰ ਸਾਰਿਆਂ ਅੱਗੇ ਰਿਕੁਐਸਟ ਵੀ ਹੈ, ਔਰ ਅੱਜ ਵਾਲੀ ਆਪਣੀ ਵੀਡੀਓ 'ਤੇ ਕਰਾਂਗੇ ਸਿੱਥੀ ਐਂਡ, ਦੁਬਾਰਾ ਇੱਕ ਨਵੀਂ ਵੀਡੀਓ ਨਾਲ ਹੋਵਾਂਗੇ ਹਾਜ਼ਰ। ਖੁਦਾ ਹਾਫਿਜ਼।